ਘਰ ਦੇ ਵਿੱਚ ਵਿਆਹ ਵਾਲਾ ਮਾਹੌਲ ਸੀ, ਪਰ ਇਸ ਸੜਕ ਹਾਦਸੇ ਨੇ ਖੁਸ਼ੀਆਂ ਤੇ ਗ੍ਰਹਿਣ ਲਗਾ ਦਿੱਤਾ। ਇਸ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜੋ ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟੇ ਨੂੰ ਛੱਡ ਗਏ ਨੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਜਦੋਂ ਕਿ 7 ਲੋਕ ਜ਼ਖਮੀ ਹੋਏ ਨੇ। ਇਨੋਵਾ ਗੱਡੀ 'ਚ ਕੈਂਟਰ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਇਨੋਵਾ ਕਾਰ ਸਵਾਰ ਲੋਕ ਵਿਆਹ ਦੀ ਪਾਰਟੀ ਦੇ ਵਿੱਚ ਜਾ ਰਹੇ ਸੀ ਅਤੇ ਜਦੋਂ ਗੱਡੀ ਪੈਲਸ ਵੱਲ ਨੂੰ ਸੜਕ ਕ੍ਰਾਸ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਿਹਾ ਕੈਂਟਰ ਇਸ ਗੱਡੀ ਦੇ ਵਿੱਚ ਜਾ ਵੱਜਿਆ। ਹਾਲਾਂਕਿ ਇਨੋਵਾ ਕਾਰ ਚਾਲਕ ਨੇ ਇੰਡੀਕੇਟਰ ਵੀ ਦਿੱਤਾ ਸੀ, ਪਰ ਤਾਂ ਵੀ ਕੈਂਟਰ ਚਾਲਕ ਨੇ ਬ੍ਰੇਕ ਨਹੀਂ ਮਾਰੀ ਤੇ ਸਿੱਧਾ ਲਿਆਣ ਕੇ ਕੈਂਟਰ ਇਨੋਵਾ ਕਾਰ ਦੇ ਵਿੱਚ ਵਾੜ ਦਿੱਤਾ, ਜਿਸ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ। ਉੱਥੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਪਹਿਲਾਂ ਤਾਂ ਐਂਬੂਲੈਂਸ ਨਹੀਂ ਪਹੁੰਚੀ ਤੇ ਸਰਕਾਰ ਵੱਲੋਂ ਚਲਾਈ ਗਈ ਸੜਕ ਸੁਰੱਖਿਆ ਫੋਰਸ ਵੀ ਕਾਫੀ ਦੇਰੀ ਨਾਲ ਆਈ ਤੇ ਉਹਨਾਂ ਨੇ ਆ ਕੇ ਆਪਣੀ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਦਦ ਕਰਨ ਦੀ ਥਾਂ ਉਹਨਾਂ ਦੇ ਬੰਦਿਆਂ ਤੇ ਹੀ ਗੱਡੀ ਚੜਾ ਦਿੱਤੀ, ਜਿਸ ਕਾਰਨ ਪੀੜਤ ਪਰਿਵਾਰਕ ਮੈਂਬਰਾਂ ਨੇ ਰੋਡ ਜਾਮ ਕਰਕੇ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਵੀ ਕੱਢੀ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੈਂਟਰ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਭਾਣਾ ਵਾਪਰਿਆ। ਉੱਥੇ ਹੀ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਜ਼ਖਮੀਆਂ ਦੇ ਵਿੱਚੋਂ 5 ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ, ਜਦੋਂ ਕਿ 2 ਵਿਅਕਤੀਆਂ ਦੀ ਹਾਲਤ ਜ਼ਿਆਦਾ ਸੀਰੀਅਸ ਹੋਣ ਕਾਰਨ ਚੰਡੀਗੜ੍ਹ ਦੇ 32 ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਦਾਅਵਾ ਕੀਤਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਵੱਲੋਂ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਭਿਆਨਕ ਸੜਕ ਹਾਦਸਾ ਸਰਹੰਦ ਪਟਿਆਲਾ ਰੋਡ ਤੇ ਪਿੰਡ ਨਲਿਨੀ ਨੇੜੇ ਹੋਇਆ। ਨਾਮ ਹਰਪ੍ਰੀਤ ਹੈ ਜੀ, ਪਿੰਡ ਸਾਡਾ ਨੌਲਖਾ ਸਾਹਿਬ ਆ ਤੇ ਸਾਡੇ ਕੱਲ ਵਿਆਹ ਦਾ ਪ੍ਰੋਗਰਾਮ ਸੀਗਾ ਜੀ ਤੇ ਸ਼ਾਮੀ ਸਾਡੀ ਨਾਲ ਦੇ ਪਿੰਡ ਪੈਲਸ ਦੇ ਵਿੱਚ ਨਲਿਨੀ ਤੇ ਉੱਥੇ ਪੈਲਸ ਦੇ ਵਿੱਚ ਪ੍ਰੋਗਰਾਮ ਕੀਤਾ ਹੋਇਆ ਸੀਗਾ ਵਿਆਹ ਦਾ, ਪਾਰਟੀ ਦਾ। ਤੇ ਉਹ ਤੋਂ ਬਾਅਦ ਜੀ ਸਾਰੇ ਮਤਲਬ 8 ਵਜੇ ਦੇ ਕਰੀਬ ਦੇ ਨੇੜੇ ਸਾਡੀ ਲਾਸਟ ਜਿਹੜੀ ਗੱਡੀ ਆ ਰਹੀ ਸੀਗੀ ਪੈਲਸ ਵੱਲ ਨੂੰ ਰੋਡ ਕ੍ਰੋਸ ਕਰ ਰਹੀ ਸੀ ਤੇ ਉਹਦਾ ਲਗਭਗ ਰੋਡ ਕ੍ਰੋਸ ਹੋ ਹੀ ਗਿਆ ਸੀ, ਉਹਨਾਂ ਨੇ ਆਪਣੀ ਇੰਡੀਕੇਟਰ ਲਾ ਰੱਖਿਆ ਸੀਗਾ ਤੇ ਉਹ ਤੋਂ ਬਾਅਦ ਉਧਰੋਂ ਕੈਂਟਰ ਆਈ ਆ ਜੋ ਸਰਹੰਦ ਵੱਲੋਂ ਤੇ ਪੂਰੀ ਸਪੀਡ ਦੇ ਵਿੱਚ ਸ਼ਾਇਦ ਉਹਨੇ ਕੋਈ ਨਸ਼ਾ ਕੀਤਾ ਹੋਇਆ ਕੁਛ, ਉਹਨੂੰ ਕੁਛ ਨਹੀਂ ਪਤਾ। ਉਹਨੇ ਗੱਡੀ ਦੀ ਇਨੋਵਾ ਗੱਡੀ ਸੀਗੀ, ਇਨੋਵਾ ਗੱਡੀ ਦੇ ਵਿੱਚ ਮਾਰੀ ਆ ਤੇ ਆਪ ਮੌਕੇ ਤੇ ਫਰਾਰ ਹੋ ਗਿਆ ਤੇ ਉਹ ਤੋਂ ਬਾਅਦ 1/2 ਘੰਟਾ ਉੱਥੇ ਪੁਲਿਸ ਕੋਈ ਨਹੀਂ ਆਈ ਆ, ਸਾਡੇ ਆ ਕੇ ਬੰਦਿਆਂ ਨੇ ਸਾਡੇ ਬੰਦੇ ਕੱਢੇ ਨੇ ਉਹਦੇ ਵਿੱਚੋਂ ਇਨੋਵਾ ਗੱਡੀ ਦੇ ਵਿੱਚੋਂ ਤੇ ਉਹ ਤੋਂ ਬਾਅਦ ਪੁਲਿਸ ਆਈ 1/2 ਘੰਟੇ ਬਾਅਦ ਤੇ 1/2 ਘੰਟੇ ਆਉਣ ਤੋਂ ਬਾਅਦ ਉਹ ਤੋਂ ਬਾਅਦ ਹਿਸਾਬ ਲਾ ਲਓ ਉਹ ਤੋਂ ਬਾਅਦ ਆਈ ਪੈਟਰੋਲਿੰਗ ਵਾਲੀਆਂ ਗੱਡੀਆਂ ਜੀ ਜਿਹੜੀਆਂ ਸਰਕਾਰ ਵੱਲੋਂ ਨਵੀਆਂ ਦਿੱਤੀਆਂ ਗਈਆਂ ਨੇ ਪੈਟਰੋਲਿੰਗ ਵਾਸਤੇ ਗੱਡੀਆਂ ਜਿਹੜੀਆਂ ਕਹਿੰਦੇ ਆਪਾਂ ਵੀ 20-24-25 ਲੱਖ ਦੀਆਂ ਉਹ ਸੇਵਾ ਵਾਸਤੇ ਨਹੀਂ ਉਹ ਗੁੰਡਾਗਰਦੀ ਵਾਸਤੇ ਦਿੱਤੀਆਂ ਤੇ ਉਹਨਾਂ ਨੂੰ ਉਹ ਆਈਆਂ ਤੇ ਅਸੀਂ ਉਹਨਾਂ ਦੀ ਰਿਕੁਐਸਟ ਕੀਤੀ ਆ ਵੀ ਭਾਈ ਸਾਨੂੰ ਐਂਬੂਲੈਂਸ ਦਾ ਸਾਡਾ ਜੁਗਾੜ ਕਰੋ ਕੁਛ ਕਰੋ ਤੇ ਉਹਨਾਂ ਨੇ ਸਾਡੀ ਕੁਛ ਨਹੀਂ ਸੁਣੀ, ਉਹਨਾਂ ਨੇ ਭਜਾ ਕੇ ਸਗੋਂ ਸਾਡੇ ਬੰਦਿਆਂ ਦੇ ਉੱਪਰ ਨੂੰ ਉਹ ਪੈਟਰੋਲਿੰਗ ਵਾਲਿਆਂ ਨੇ ਗੱਡੀ ਚੜਾਈ ਆ ਤੇ ਉਹ ਤੋਂ ਬਾਅਦ 9:40 ਦੇ ਉੱਪਰ ਐਂਬੂਲੈਂਸ ਆਈ ਆ, 8 ਵਜੇ ਐਕਸੀਡੈਂਟ ਹੋਇਆ, 9:40 ਤੇ ਐਂਬੂਲੈਂਸ ਆ ਰਹੀ ਆ ਤੇ ਸਰਕਾਰ ਵੱਲੋਂ ਇਹਦਾ ਕੋਈ ਉਹ ਨਹੀਂ ਹੱਲ ਨਹੀਂ ਹੈਗਾ, ਚਲੋ ਇਹ ਅੱਜ ਸਾਡੇ ਨਾਲ ਹੋਈ ਆ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦੀ ਆ। ਅਸੀਂ ਚਾਹੁੰਦੇ ਵੀ ਇਹ ਜਿਹੜੀ ਐਂਬੂਲੈਂਸ ਦਾ ਇਹਦਾ ਵੀ ਸੁਧਾਰ ਕਰੋ ਕਿ ਸਰਕਾਰ ਨੇ ਇੰਨੀਆਂ ਗੱਡੀਆਂ ਦਿੱਤੀਆਂ ਨੇ ਉਹ ਬਦਮਾਸ਼ੀ ਕਰਨ ਨੂੰ ਦਿੱਤੀਆਂ ਨੇ, ਜਿਹੜਾ ਐਂਬੂਲੈਂਸ ਆ ਉਹਦੇ ਕੰਨੀ ਵੱਲ ਵੀ ਧਿਆਨ ਦਿੱਤਾ ਜਾਵੇ ਵੀ ਕਿਸੇ ਅੱਜ ਸਾਡੇ ਘਰ ਇਹ ਕੁਛ ਹੋਇਆ, ਚਲੋ ਠੀਕ ਹੈ ਮਾਲ ਉਹ ਹੋਇਆ ਤੇ ਕੱਲ੍ਹ ਕਿਸੇ ਹੋਰ ਨਾਲ ਨਾ ਹੋਵੇ ਇਹ ਚੀਜ਼ ਦਾ ਧਿਆਨ ਦਿੱਤਾ ਜਾਵੇ। ਉਹ ਗੱਲਾਂ ਸਾਰੀਆਂ ਆਨਲਾਈਨ ਨੇ, ਆਪਣਾ ਗਰਾਊਂਡ ਲੈਵਲ ਤੇ ਆ ਕੇ ਦੇਖੋ ਕੁਛ ਨਹੀਂ ਹੈਗਾ ਜੀ।
ਇਹ ਸਾਰੀਆਂ ਗੱਲਾਂ ਨੇ ਆਪਣੀ ਉਹਦੇ ਕਰਨ ਵਾਸਤੇ ਕਿਸੇ ਇੰਸਟਾਗ੍ਰਾਮ ਤੇ ਭਗਵੰਤ ਸਿੰਘ ਮਾਨ ਦੇ ਪਾ ਦਿੰਦੇ ਜੀ ਸਾਡੇ ਐਂ ਹੁੰਦਾ ਵਾਹ ਹੁੰਦਾ, ਪਰ ਏਦਾਂ ਦਾ ਕੁਛ ਨਹੀਂ ਹੈਗਾ। ਆਪਣੇ ਗਰਾਊਂਡ ਲੈਵਲ ਤੇ ਆ ਕੇ ਕਦੇ ਦੇਖੋ, ਤੁਸੀਂ ਕਹਿੰਦੇ ਹੋ ਵੀ ਅਸੀਂ ਆਮ ਆਦਮੀ ਆ ਜਾਂ ਪਾਲਟੀ ਚੋਂ ਨਿਕਲੇ ਜਾਂ ਕੁਛ ਵੀ ਆ, ਪਰ ਗਰਾਊਂਡ ਲੈਵਲ ਤੇ ਆ ਕੇ ਦੇਖੋ ਵੀ ਇੱਥੇ ਹੋ ਕੀ ਰਿਹਾ। ਉੱਪਰ ਬਹਿ ਕੇ ਗੱਲਾਂ ਸਪੀਚਾਂ ਨਾ ਦੋ, ਨੀਚੇ ਆ ਕੇ ਵੀ ਦੇਖੋ ਤੁਹਾਡੇ ਬੰਦੇ ਕਰ ਕੀ ਰਹੇ ਨੇ। ਧੰਨਵਾਦ ਜੀ, ਇਹ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਸਾਡੇ। ਸਤਨਾਮ ਸਿੰਘ, ਮ੍ਰਿਤਕ ਦਲਵਾਰਾ ਜੀ ਤੇ ਸੁਨੀਤਾ ਜੀ ਮੇਰੇ ਸਿਸਟਰ ਸੀਗੇ ਤੇ ਦਲਵਾਰਾ ਜੀ ਮੇਰੇ ਜੀਜਾ ਸੀ। ਮੇਰਾ ਪ੍ਰਸ਼ਾਸਨ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਪਿੱਛੇ ਮੇਰੇ ਭਾਣਜਾ ਜੀ ਤੇ ਦੋ ਬੇਟੀਆਂ ਨੇ ਜੀ, ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਰੀਪਰ ਵਾਲੇ ਨੇ ਮਾਰਿਆ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਨਸ਼ੇ ਨਾਲ ਲੱਤ ਪੱਤ ਹੋ ਕੇ ਉਹਨੇ ਮਾਰਿਆ। ਅਤੇ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ। ਐਂਬੂਲੈਂਸ ਲੇਟ ਪਹੁੰਚੀ ਉੱਥੇ ਜੀ? ਸਰ ਮੈਂ ਨਹੀਂ ਸੀਗਾ, ਅਸੀਂ ਬਾਅਦ 'ਚ ਆਏ ਹਾਂ। ਲੱਖੇ ਦੇ ਕੋਲ ਇੱਕ ਐਕਸੀਡੈਂਟ ਹੋਇਆ, ਨੋਵਾ ਗੱਡੀ ਆ ਰਹੀ ਸੀ ਨੌ ਲੱਖੇ ਵੱਲੋਂ ਨਲਿੰਦੀ ਪੈਲਸ ਜਾਣਾ ਸੀ ਅਤੇ ਸਰਹੰਦ ਸਾਈਡ ਤੋਂ ਇੱਕ ਕੈਂਟਰ ਜਾ ਰਿਹਾ ਸੀ, ਖਾਲੀ ਸੀਗਾ। ਉਹਦੇ ਨਾਲ ਹਸਤਾ ਹੋਣ ਕਾਰਨ ਦੋ ਪਰਿਵਾਰ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਡੈਥ ਹੋ ਗਈ ਹੈ, ਜਿਹ 7 ਜ਼ਖਮੀ ਹੋਏ ਆ। ਜਿਹਦੇ ਡੈਥ ਹੋਈ ਹੁੰਦੀ ਅਸੀਂ ਪੋਸਟਮਾਰਟਮ ਕਰਾ ਰਹੇ ਹਾਂ। ਪਰਚਾ ਦਰਜ ਕਰਤਾ ਡਰਾਈਵਰ ਦੇ ਖਿਲਾਫ, ਗੱਡੀ ਰਾਊਂਡਅਪ ਵਾਲੀ, ਡਰਾਈਵਰ ਮੌਕੇ ਤੋਂ ਭੱਜ ਗਿਆ ਸੀ, ਉਹਨੂੰ ਜਲਦੀ ਫੜ ਲਾਂਗੇ। ਇੱਕ ਦਾ ਨਾਂ ਤਾਂ ਹੈਗਾ ਸੁਨੀਤਾ ਦੇਵੀ, ਲੜਕੇ ਬੰਦੇ ਦਾ ਨਾਂ ਹੈਗਾ ਦਲਵਾਰ ਸਿੰਘ। ਦੋਏ ਇਹ ਡੇਰਾ ਬਸੀ 'ਚ ਪਿੰਡ ਪੈਂਦਾ ਅੰਬੇ ਸ਼ਾਹੀ। ਪਰਿਵਾਰ ਨੇ ਐਲੀਗੇਸ਼ਨ ਲਾਇਆ ਵੀ ਉੱਥੇ ਜਿਹੜੀ ਗੱਡੀ ਐਂਬੂਲੈਂਸ ਵਗੈਰਾ ਜਾਂ ਉੱਥੋਂ ਸਹਾਇਤਾ ਵਾਲੀ ਗੱਡੀ ਆ ਉਹ ਦੇਰੀ ਨਾਲ ਪਹੁੰਚੀ ਹੈ, ਮਤਲਬ ਕਿ ਜਿਹੜੀ ਪਹੁੰਚੀ ਹੈ ਉਹਨੂੰ ਅਸੀਂ ਕਿਹਾ, ਬੇਨਤੀ ਕੀਤੀ, ਪਰ ਉਹ ਨਾਲ ਨਹੀਂ ਗਏ, ਸਾਡੇ ਲੈ ਕੇ ਗਏ ਨਹੀਂ ਸਾਨੂੰ, ਉਹਨੂੰ ਵੀ ਛੱਡ ਕੇ ਚਲੇ ਗਏ। ਨਹੀਂ, ਸਾਡੀ ਜਿਹੜੀ ਗੱਡੀ SSF ਦੀ ਪਹੁੰਚੀ ਉੱਥੇ, ਉਹ ਤੋਂ ਆਲਰੇਡੀ ਪਹਿਲੇ ਇੱਕ ਐਕਸੀਡੈਂਟ 'ਚੋਂ ਮੈਨੂੰ ਪਤਾ ਲੱਗਿਆ ਐਕਸੀਡੈਂਟ ਹੋਇਆ ਸੀ ਇੱਕ ਖਾਨਪੁਰ, ਉਹ ਤੋਂ ਬਾਅਦ ਇਨਫੋਰਮੇਸ਼ਨ ਉੱਥੇ ਮੌਕੇ 'ਤੇ ਪਹੁੰਚੀ ਆ। ਉਹੀ ਗੱਡੀ ਡੈੱਡ ਬੋਡੀਆਂ ਲੈ ਕੇ ਹੋਸਪਿਟਲ ਆਈ ਸਰ, ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਨਾ ਉੱਥੇ ਭੇਜਿਆ ਸੀ ਰਜਿੰਦਰਾ ਹੋਸਪਿਟਲ। ਹੁਣ ਰਜਿੰਦਰਾ 'ਚ ਕਿੰਨੇ ਨੇ ਔਰ 32 ਕਿੰਨੇ ਨੇ? ਦੋ 5-32 ਆ, ਦੋ ਰਜਿੰਦਰਾ 32 'ਚ ਉੱਥੇ ਨੇ, ਰਜਿੰਦਰ 32 'ਚ ਨੇ, 5 ਰਜਿੰਦਰਾ 'ਚ ਨੇ।